ਕਸੌਲੀ ਆਏ ਹਾਂ ਜੀ। ਕਸੌਲੀ ਅਜੇ ਵੈਸੇ ਰਸਤਾ ਹੈ ਕਸੌਲੀ ਦਾ, ਪਹੁੰਚੇ ਨਹੀਂ। ਕਸੌਲੀ ਆਏ ਹਾਂ, ਮੌਸਮ ਬਹੁਤ ਸੋਹਣਾ ਹੈ। ਵੈਸੇ ਥੋੜ੍ਹੀ ਦੇਰ ਪਹਿਲਾਂ ਉੱਥੇ ਬਾਰਿਸ਼ ਹੋ ਕੇ ਕਹਿੰਦੇ ਹਟੀ ਹੈ, ਅਤੇ ਜੁਲਾਈ ਐਂਡ, ਅੱਜ 30 ਜੁਲਾਈ ਹੈ। ਦੇਖਦੇ ਹਾਂ ਕਿਹੋ ਜਿਹਾ ਕਸੌਲੀ। ਵੈਸੇ ਪਹਿਲਾਂ 5-7 ਵਾਰ ਆ ਚੁੱਕੇ ਹਾਂ। ਮੈਨੂੰ ਸ਼ਿਮਲੇ ਨਾਲੋਂ ਵਧੀਆ ਕਸੌਲੀ ਲੱਗਦਾ। ਸ਼ਿਮਲਾ ਥੋੜ੍ਹਾ ਪਾਪੂਲੇਟਡ ਔਰ ਪੋਲੂਟਡ ਜਿਹਾ ਹੋ ਗਿਆ, ਜ਼ਿਆਦਾ ਲੰਬੇ ਲੰਬੇ ਚੀਲ ਦੇ ਰੁੱਖ। ਕਸੌਲੀ ਦੀ ਸ਼ਾਨ ਸ਼ਿਮਲੇ ਨਾਲੋਂ ਕਿਤੇ ਗੁਣਾ ਵਧੀਆ ਕਸੌਲੀ ਹੈ। ਆਹੀ ਰਸਤਾ ਲੰਘ ਕੇ ਆਏ ਹਾਂ, ਉਹ ਦੂਰ ਦੂਰ ਤੱਕ ਦੇਖ ਸਕਦੇ ਹੋਵੋਗੇ, ਆਹੀ ਰਸਤਾ ਲੰਘ ਕੇ ਆਏ ਹਾਂ। ਚਲੋ ਅੱਗੇ ਦੇਖਦੇ ਹਾਂ। ਫਲੋਟ ਕਰਦਾ ਹੋਇਆ ਬੱਦਲ ਘਾਟੀ, ਕਿਆ ਸ਼ਾਨਦਾਰ। ਇਹਨਾਂ ਚੱਕਰਾਂ ਕਰਕੇ ਨਾ ਮੈਂ ਸ਼ਿਮਲਾ ਨਹੀਂ ਜਾਂਦਾ, ਜਦੋਂ ਘੁੰਮਣਾ ਫਿਰਨਾ ਹੋਵੇ ਕਸੌਲੀ ਮੈਂ ਪ੍ਰੈਫਰ ਕਰਦਾ ਹਮੇਸ਼ਾ ਹੀ। ਉਹ ਵੇਖੋ ਟੋਲ ਇਹਨਾਂ ਨੇ ਨਾ 2-3 ਜਗ੍ਹਾ 'ਤੇ ਲਾਏ ਨੇ, ਅਤੇ ਉਹ ਵੇਖੋ ਉੱਪਰ ਟੋਪ 'ਤੇ ਫਲੋਟ ਕਰਦਾ ਹੈ ਬੱਦਲ। ਇਹ ਕੈਮਰੇ ਦੇ ਵਿੱਚ ਵਿਊ ਇਹੋ ਜਿਹੇ ਕੈਚ ਹੋ ਵੀ ਨਹੀਂ ਸਕਦੇ, ਜੋ ਰੀਅਲ ਦੇ ਵਿੱਚ ਹੈ ਉਹ ਰੀਅਲ ਦੇ ਵਿੱਚ ਹੀ ਹੈ। ਲਓ ਜੀ, ਇੱਥੇ ਵੀ ਚਿਪਸ ਦੇ ਪੈਕਟ ਅਤੇ ਹੋਰ ਉੱਦਾਂ ਖਿਲਾਰੇ ਪਏ ਨੇ ਲੋਕਾਂ ਨੇ, ਕੋਈ ਹਾਲ ਨਹੀਂ। ਬਾਕੀ ਕਸੌਲੀ ਚੱਲ ਕੇ ਵੇਖਦੇ ਹਾਂ। ਇੱਥੇ ਰਾਹ 'ਚ ਇੱਕ ਵਿਊ ਪੁਆਇੰਟ ਜਿਹਾ ਹੈ, ਇੱਥੇ ਬਹਿ ਕੇ ਬੰਦਾ ਕੌਫੀ ਕੂਫੀ ਜਾਂ ਮੈਗੀ ਮੂਗੀ ਖਾ ਸਕਦਾ। ਸ਼ਿਵਜੀ ਭਗਵਾਨ ਦੀ ਬਹੁਤ ਸੋਹਣੀ ਇਹਨਾਂ ਨੇ ਆਰਟ ਬਣਾਇਆ, ਉਹਦੇ ਬਿਲਕੁਲ ਸਾਹਮਣੇ ਖੂਬਸੂਰਤ ਕਸੌਲੀ, ਸੈਲਫੀ ਸੁਲਫੀ ਲੈਣ ਵਾਸਤੇ, ਜਿੱਦਾਂ ਕੈਫੇ ਵੀ ਨਾਲ ਹੈ, ਅਤੇ ਖੂਬਸੂਰਤ ਕਸੌਲੀ। ਇੱਥੇ ਨਾ ਇੱਕ ਤਾਂ ਹਵਾ ਬਹੁਤ ਠੰਡੀ ਜੀ ਇੱਕ ਹਿਸਾਬ ਦੀ, ਪਤਾ ਲੱਗ ਜਾਂਦਾ ਕਿ ਬਾਕੀ ਪਹਾੜਾਂ 'ਚ ਆਏ ਹਾਂ। ਅੱਗੇ ਇੱਥੋਂ 6-7 ਕਿਲੋਮੀਟਰ ਰਹਿ ਗਿਆ ਕਸੌਲੀ। ਦੇਖਣ ਲਈ ਰੁਕੇ ਹਾਂ ਕਿ ਦਰਖਤ ਦੇਖੋ ਇੱਥੇ ਕਿੱਡੇ ਕਿੱਡੇ ਵੱਡੇ ਨੇ। ਆਹ ਦੇਖੋ ਮੁੱਕੇ ਹੀ ਨਹੀਂ ਮੁੱਕਦੇ, ਉਹ ਉੱਪਰ ਤੱਕ ਜਾ ਰਿਹਾ। ਖੈਰ ਇਸ ਤੋਂ ਉੱਪਰ ਕੋਈ ਪੰਛੀ ਨਾ ਬੈਠਾ ਹੋਵੇ ਬਿੱਠ ਕਰਨ ਲਈ, ਪਰ ਆਹ ਦੇਖੋ ਤੁਸੀਂ ਧਿਆਨ ਨਾਲ ਦੇਖੋ ਕਿੰਨਾ ਵੱਡਾ ਆਲੀ, ਜਿੱਦਾਂ ਤੁਸੀਂ ਲਾ ਲਓ ਕਿ ਤਣਾ ਵੀ ਇਹਦਾ ਕਾਫੀ ਮੋਟਾ ਹੈ। ਦਰਖਤ ਇਹਦੇ ਨਾਲ ਦੇ ਕਈ ਦਰਖਤ ਨੇ ਇੱਦਾਂ ਦੇ। ਆਹ ਵੇਖੋ, ਖੈਰ ਅਸੀਂ ਕਸੌਲੀ ਤਾਂ ਪਹੁੰਚ ਚੁੱਕੇ ਹਾਂ, ਅੱਗੇ 1-2 ਮਿੰਟ ਦਾ ਹੀ ਰਸਤਾ ਰਹਿ ਗਿਆ। ਹਾਂ, ਇਹ ਪੇਡ ਪਾਰਕਿੰਗ ਇੱਥੇ ਕਸੌਲੀ ਐਂਟਰ ਹੁੰਦੇ ਸੀ, 130 ਰੁਪਏ 4 ਘੰਟੇ ਦੇ ਕਾਰ ਦੇ ਲਈ। ਪੁਰਾਣਾ ਸ਼ਹਿਰ ਦਾ ਏਰੀਆ ਕਸੌਲੀ ਦਾ। ਆਹ ਇੱਕ ਕੈਫੇ ਵੇ, ਕਾਫੀ ਪੁਰਾਣਾ ਹੈ ਮੇਰੇ ਖਿਆਲ 1800 ਕੁਛ ਸਮਥਿੰਗ ਦਾ, ਮੈਂ ਅੱਗੇ ਡੇਟ ਦੇਖ ਕੇ ਦੱਸਦਾ। ਪਹਿਲਾਂ ਤੁਸੀਂ ਕੈਫੇ ਦਾ ਵਿਊ ਦੇਖ ਲਓ, ਬ੍ਰਿਟਿਸ਼ ਟਾਈਮ ਦਾ ਬਣਿਆ ਹੋਇਆ ਕੈਫੇ ਹੈ। ਕਾਫੀ ਪਹਿਲਾਂ ਮੈਂ ਫੋਟੋ ਵੀ 1-2 ਵਾਰ ਖਿੱਚ ਕੇ ਲਿਆ ਹਾਂ ਜਦੋਂ ਲਾਸਟ ਟਾਈਮ ਆਇਆ ਸੀਗਾ। ਆਹੋ 1862 ਦਾ ਲੌਜ,
ਠੀਕ ਹੈ ਕਸੌਲੀ ਦਾ, ਦੇਖ ਲਓ ਪੁਰਾਣੀ ਇਮਾਰਤ 1862 ਦੀ, 1862 ਦੀ। ਇੱਧਰ ਵੀ ਕੁਛ ਪੁਰਾਣੇ ਵਿਊ ਨੇ, ਪੁਰਾਣੀ ਇਮਾਰਤਾਂ, ਪਹਿਰੇਦਾਰ ਬੈਠੇ ਨੇ ਯਾਰ। ਇੱਕ ਤਾਂ ਰਾਹ 'ਚ ਨਾ ਬਾਈਕ ਵਾਲੇ ਜਾਂ ਗੱਡੀਆਂ ਵਾਲੇ ਬਹੁਤ ਪਰੇਸ਼ਾਨ ਕਰਦੇ ਨੇ। ਚਲੋ ਆਰਮੀ ਵਾਲੇ ਤਾਂ ਕੋਈ ਗੱਲ ਨਹੀਂ। ਆਏ ਹਾਏ ਹਾਏ, ਬੈਂਕ SBI, ਫਿਰ ਉੱਧਰ ਪਹਿਲਾਂ ਇੱਕ ਦੋ ਹੋਰ ਬੈਂਕ ਆਏ ਨੇ। ਆਹ ਅੱਗੇ ਨਾ ਤੁਹਾਨੂੰ ਟਾਵਰ ਦਾ ਸ਼ਾਇਦ ਐਂਟੀਨਾ ਜਿਹਾ ਦਿਖਦਾ ਹੋਵੇ, ਇਹ ਦੂਰਦਰਸ਼ਨ ਕੇਂਦਰ ਸੀ ਕਸੌਲੀ ਦਾ। ਪਹਿਲਾਂ ਇੱਥੋਂ ਹੀ ਰਿਲੇਅ ਹੁੰਦਾ ਸੀ, ਬ੍ਰੋਡਕਾਸਟ ਹੁੰਦਾ ਸੀ ਦੂਰਦਰਸ਼ਨ। ਚੰਡੀਗੜ੍ਹ ਤਾਂ ਫਿਰ ਬਾਅਦ 'ਚੋਂ ਬਣਿਆ। ਪੁਰਾਣੀਆਂ ਚੀਜ਼ਾਂ ਵਾਕਈ ਪੁਰਾਣੀਆਂ ਹੁੰਦੀਆਂ, ਦੇਖਣ ਵਾਲੀਆਂ, ਪਤਾ ਨਹੀਂ ਕਦੋਂ ਤੱਕ ਰਹਿਣੀਆਂ ਨੇ। ਪਤਾ ਨਹੀਂ ਕਦੋਂ ਤੱਕ ਰਹਿਣੀਆਂ ਨੇ। ਅੱਜ ਸ਼ੁਕਰ ਹੈ ਮੌਸਮ ਬਹੁਤ ਸੋਹਣਾ ਇੱਥੇ। ਆ ਦੇਖੋ 1880 ਦਾ ਕੌਸ਼ਲ ਨਿਵਾਸ। ਪੁਰਾਣੇ ਇੱਥੇ ਕਾਫੀ ਉਹ ਨੇ ਇਮਾਰਤਾਂ, ਘਰ। ਸਹਿਗਲਸ ਕੋਟੇਜ ਹੈ ਪੁਰਾਣੇ ਘਰ, ਪਤਾ ਨਹੀਂ ਕਦੋਂ ਤੋੜ ਦੇਣਗੇ, ਪਤਾ ਨਹੀਂ ਕਦੋਂ ਤੋੜ ਦੇਣਗੇ। ਇਹ ਇਕੱਲਾ ਬੰਦਾ ਐਕਸਪਲੋਰ ਕਰਨ ਦਾ ਨਾ ਬਹੁਤ ਨਜ਼ਾਰਾ, ਇਕੱਲਾ ਹੋਵੇ। ਮੈਂ ਤਾਂ ਖੈਰ ਆਇਆ ਫੈਮਿਲੀ ਦੇ ਨਾਲ। ਆਹ ਦੇਖੋ ਅੱਗੇ ਕਾਟੀ ਹੈ, ਅੱਜ ਥੋੜ੍ਹਾ ਜਿਹਾ ਜਿੱਦਾਂ ਮੌਸਮ ਉਹੋ ਜਿਹਾ ਹੀ ਹੈ ਕਿ ਦਿਖੇ ਨਾ ਕੁਛ, ਕਲੀਅਰ ਵਿਊ ਨਹੀਂ ਦਿਖੇ, ਪਰ ਨਾ ਪਹਾੜ ਬਹੁਤ ਸੋਹਣੇ ਨਜ਼ਰ ਆਉਂਦੇ ਨੇ। ਇਹ ਮੈਨੂੰ ਲੱਗਦਾ ਇੱਥੇ ਆਏ ਨੇ। ਅੱਛਾ, ਕਸੌਲੀ ਸਕੂਲ ਵੱਲ ਪੁਰਾਣੇ ਸੰਜੇ ਦੱਤ ਹੋ ਗਿਆ, ਪੂਜਾ ਬੇਦੀ, ਖੁਸ਼ਵੰਤ ਸਿੰਘ, ਸੁਖਬੀਰ ਸਿੰਘ ਬਾਦਲ, ਅਤੇ ਪੁਰਾਣਾ ਹੋਵੇ ਸਟੂਡੀਓ ਕੋਈ। ਦਮਾਲ ਕਸੌਲੀ ਮਾਰਕੀਟ 'ਚ ਮਾੜਾ ਮੋਟਾ ਸਟੱਫ ਲੈਣਾ ਹੋਵੇ, ਰੁਪਈਆਂ ਇਮਾਰਤਾਂ ਹੈ ਇੱਥੇ ਨਾ ਉਹ ਹੁੰਦੀ ਸੀਗੀਆਂ ਮੇਰੇ ਖਿਆਲ, ਛੋਟੇ ਛੋਟੇ ਜਿੱਦਾਂ ਕੈਫੇ ਜਿਹੇ ਹੁੰਦੇ ਨੇ, ਉਹ ਅੱਗੇ ਜਿਵੇਂ ਆਹ ਬਣੇ ਹੋਏ ਨੇ ਇੱਦਾਂ ਦੇ ਹੀ, ਉਹ ਤੋੜਤੇ ਹੋਣੇ ਆ, ਰੈਨੋਵੇਟ ਕਰਦੇ ਹੋਣੇ, ਕਿਉਂਕਿ ਅੱਜ ਤਾਂ ਸਾਰੇ ਬੰਦ ਨੇ। ਹੱਦੇ ਯਾਰ, ਸਾਰਾ ਕੁਛ ਹੀ ਬੰਦ ਹੈ। ਕਲਿਆਣ ਕੈਫੇ ਹੋਰ ਉੱਦਾਂ, ਕਸੌਲੀ ਦੀ ਮਾਰਕੀਟ ਸ਼ਾਨ ਹੈ ਕਸੌਲੀ। ਫੇਮਸ ਹੈ ਨਰਿੰਦਰ ਸਵੀਟ, ਇੱਥੇ ਸੈਲੀਬ੍ਰਿਟੀਜ਼ ਆਏ ਨੇ ਦੇਖੋ ਕਈ। ਬੰਦ ਟਿੱਕੀ, ਬੰਦ ਸਮੋਸਾ, ਗੁਲਾਬ ਜਾਮਣ ਵਾਲਾ ਵੀ ਹੈਗਾ ਨਾ ਬੰਦ, ਬੰਦ ਗੁਲਾਬ ਜਾਮਣ ਵੀ, ਉਹ ਕਰਲੀ ਟੇਲਸ ਆਈ ਸੀ ਹੈਨਾ, ਕਰਲੀ ਟੇਲਸ ਆਈ ਸੀ ਆ ਉਹ। ਅੱਜ ਖਾਣ ਪੀਣ ਲਈ ਕੁਛ ਹੈ ਨਹੀਂ ਜ਼ਿਆਦਾ ਇੱਥੇ, ਮਤਲਬ ਦੋ ਤਿੰਨ ਅਸੀਂ ਰੈਸਟੋਰੈਂਟ ਜਿਹੜੇ ਪੁਰਾਣੇ ਦੇਖੇ ਸੀ ਸਾਡੇ ਫੇਵਰੇਟ ਜੀ, ਉਹ ਤਾਂ ਬੰਦ ਹੀ ਨੇ, ਮਤਲਬ ਖੁੱਲ੍ਹੇ ਨੇ ਪਰ ਕਹਿੰਦੇ ਖਾਣ ਲਈ ਫਿਲਹਾਲ ਕੁਛ ਨਹੀਂ ਹੈਗਾ। ਅਤੇ ਆਹ ਫੇਮਸ ਪੁਰਾਣੀ ਨਰਿੰਦਰ ਸਵੀਟਸ,
ਜਿੱਥੇ ਸੈਲੀਬ੍ਰਿਟੀਜ਼ ਆ ਕੇ ਖਾ ਕੇ ਗਏ ਨੇ। ਤੁਹਾਨੂੰ ਦਿਖਾਇਆ ਸੀ ਬੰਦ ਸਮੋਸੇ, ਬੰਦ ਟਿੱਕੀ ਵਗੈਰਾ। ਇਹ ਬੰਦ ਦੇ ਵਿੱਚ ਗੁਲਾਬ ਜਾਮਣ ਪਾ ਕੇ ਦਿੰਦੇ, ਬਹੁਤ ਸਵਾਦ ਹੁੰਦਾ ਹੈ। ਅਤੇ ਹੁਣ ਤਾਂ ਫਿਲਹਾਲ ਅਸੀਂ ਤਾਂ, ਕਿਉਂਕਿ ਭੁੱਖ ਬਹੁਤ ਲੱਗੀ ਸੀ, ਮਿੱਠਾ ਖਾਣ ਦਾ ਮਨ ਨਹੀਂ ਸੀ ਕਰਦਾ, ਤਾਂ ਉਹ ਔਡਰ ਕੀਤਾ ਕਿ ਬੰਦ ਸਮੋਸੇ। ਇਹ ਸਾਰੇ ਆਏ ਨੇ ਇੱਥੇ, ਆਯੁਸ਼ਮਾਨ ਖੁਰਾਨਾ, ਸਰਗੁਮ, ਆਸ਼ੀਸ਼ ਵਿਦਿਆਰਥੀ, ਹੋਰ ਸੁਖਬੀਰ ਬਾਦਲ ਵੀ। ਚਲੋ ਜੀ, ਸਮੋਸੇ ਜੇ ਖਾ ਕੇ ਹੁਣ ਚੱਲਦੇ ਹਾਂ ਚਰਚ, ਚਰਚ ਰੋਡ। ਇਹ ਚਰਚ ਬਹੁਤ ਪੁਰਾਣਾ, 1800 ਸਮਥਿੰਗ ਦਾ। ਮੈਂ ਤੁਹਾਨੂੰ ਡੇਟ ਦੱਸਦਾ ਐਗਜੈਕਟ, ਇਹ ਅੰਮ੍ਰਿਤਸਰ ਦੇ ਉਹਦੇ ਨਾਲ ਰਿਲੇਟਡ ਹੈ, ਅੰਮ੍ਰਿਤਸਰ ਦੇ, ਅਤੇ ਬ੍ਰਿਟਿਸ਼ ਟਾਈਮ ਦਾ ਬਣਿਆ ਹੋਇਆ ਚਰਚ, ਬਹੁਤ ਪੁਰਾਣਾ। ਕੋਈ ਵੀ ਪ੍ਰੇ ਕਰ ਸਕਦਾ ਆ ਕੇ। ਦੇਖੋ ਵਿਊ ਇਹਦਾ ਪੁਰਾਣੇ ਚਰਚ ਦਾ। ਇਹੋ ਜਿਹੀ ਇਮਾਰਤਾਂ ਹੁਣ ਨਹੀਂ ਮਿਲਣੀਆਂ, ਇਹ ਗੋਥਿਕ ਔਰ ਇੰਡੀਅਨ ਕਲਚਰ ਦਾ ਮਿਕਸਚਰ ਹੈ, ਯਾਨੀ ਕਿ ਬ੍ਰਿਟਿਸ਼ ਔਰ ਇੰਡੀਅਨ ਕਲਚਰ ਦਾ ਮਿਕਸਚਰ ਹੈ। ਇੱਥੇ ਚਰਚ ਜਦੋਂ ਬਣਾਇਆ ਗਿਆ ਸੀ ਨਾ, ਮਤਲਬ ਇਮਾਰਤ ਜਿੱਦਾਂ ਦੀ ਬਣਾਈ ਗਈ ਸੀ ਉਹਨੂੰ ਕਹਿ ਸਕਦੇ ਹਾਂ। ਇਹ ਚਰਚ ਦੇ ਨਾਲ ਪੁਰਾਣਾ ਘਰ, ਜਿਵੇਂ ਮੈਂ ਤੁਹਾਨੂੰ ਪੁਰਾਣੇ ਘਰ ਵਿਖਾਉਣ ਡਿਆ, ਕਿਸੇ ਵਲੌਗ ਦੇ ਵਿੱਚ ਨਹੀਂ ਵਿਖਾਏ ਹੋਣੇ ਕਿਸੇ ਨੇ। ਬੈਕ ਸਾਈਡ ਹੈ ਚਰਚ ਦੀ। ਇਹ ਚਰਚ ਦੀ ਖਾਸੀਅਤ ਹੈ, ਕੋਈ ਵੀ ਅੰਦਰ ਜਾ ਕੇ ਪ੍ਰੇ ਕਰ ਸਕਦਾ ਤੁਸੀਂ ਚਰਚ ਵੇਖ ਕੇ। ਮੈਂ ਸ਼ੂਜ਼ ਕਰਕੇ ਨਹੀਂ ਗਿਆ, ਬਾਕੀ ਫੈਮਿਲੀ ਮੈਂਬਰ ਜੋ ਆਏ ਨੇ ਉਹ ਜਾ ਕੇ ਵੇਖ ਰਹੇ ਨੇ। ਬਹੁਤ ਸੋਹਣਾ ਚਰਚ ਹੈ। ਹਾਂ ਦੇਖੋ, ਬ੍ਰਿਟਿਸ਼ ਔਰ ਇੰਡੀਅਨ ਆਰਕੀਟੈਕਟ ਦਾ ਮਿਕਸਚਰ ਹੈ। ਚਲੋ ਜੀ, ਗੁੱਡ ਬਾਏ ਚਰਚ, ਫਿਰ ਆਵਾਂਗੇ ਨੈਕਸਟ ਟਾਈਮ ਜਦੋਂ ਬੱਚੇ ਵੱਡੇ ਹੋ ਜਾਣਗੇ, ਬੱਚੇ ਲੈ ਕੇ ਆਉਣਗੇ ਸਾਨੂੰ। ਆਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਵਤ ਜੀ ਦਾ ਪਹਿਲਾਂ ਵੀ ਇੱਥੇ ਖਾ ਕੇ ਗਏ ਸੀ, ਕਾਫੀ ਟਾਈਮ ਪਹਿਲਾਂ ਇੱਥੇ ਖਾ ਕੇ ਗਏ ਸੀ। ਇੱਥੋਂ ਕਸੌਲੀ ਦੂਰਦਰਸ਼ਨ ਔਰ ਸਨਸੈਟ ਪੁਆਇੰਟ ਵੱਲ ਰਸਤਾ ਜਾਂਦਾ, ਉੱਧਰ ਚੱਲਦੇ ਹਾਂ ਦੂਰਦਰਸ਼ਨ ਕੇਂਦਰ। ਖਾਣਾ ਹੁਣ ਇੱਥੇ ਰਿਹਾ ਹੀ ਨਹੀਂ, ਉਹ ਪੁਰਾਣੇ ਵਾਂਗ ਹੈ ਨਾ, ਸਾਰਾ ਹੀ ਚੁਕਾ ਦਿੱਤਾ। ਕਹਿੰਦੇ ਆਰਮੀ ਅੰਡਰ ਸੀਗੇ ਅਤੇ ਉਹਨਾਂ ਨੇ ਚੁਕਾ ਦਿੱਤੇ ਸਾਰੇ। ਆਹੋ ਆਹੋ ਆਹੋ, ਮੰਕੀ ਪੁਆਇੰਟ ਨੂੰ ਰਸਤਾ ਜਾਂਦਾ, ਸਨਸੈਟ ਪੁਆਇੰਟ ਸਨ ਆਪਣਾ, ਇੱਧਰ ਹੈਗਾ ਰਸਤਾ, ਅੱਗੇ ਦੂਰਦਰਸ਼ਨ ਕੇਂਦਰ ਵੀ ਇੱਧਰ ਹੀ ਹੈ, ਪੁਰਾਣਾ ਘਰ ਹੈ।
ਮੇਰਾ ਤਾਂ ਬੰਦ ਹੈ, ਇਹਦਾ ਹੁਣ ਕਾਇਆ ਕਲਪ ਹੋ ਗਿਆ। ਆਹ ਇਹ ਦੂਰਦਰਸ਼ਨ ਕੇਂਦਰ ਕਸੌਲੀ, ਇਹ ਟਾਵਰ ਜਿਹੜਾ ਹੈ ਨਾ ਉੱਥੇ ਚੰਡੀਗੜ੍ਹੋਂ ਵੀ ਦਿਖਦਾ ਪਹਾੜੀ ਤੋਂ। ਆਹੋ ਪਹਿਲਾਂ ਇੱਥੋਂ ਹੀ ਰਿਲੇ ਹੁੰਦਾ ਸੀਗਾ ਬ੍ਰੋਡਕਾਸਟ, ਦੂਰਦਰਸ਼ਨ ਦਾ ਆਫਿਸ ਹੈ ਕਸੌਲੀ। ਮੇ ਬੀ ਉਹ ਥੱਲਿਓਂ ਪਾਈਪਾਂ ਹੁੰਦੀਆਂ ਨੇ ਉੱਥੋਂ ਪਾਣੀ। ਅਮੀਰ ਬੰਦਿਆਂ ਲਈ ਕਸੌਲੀ ਕਲੱਬ, ਵਿਊ ਬਹੁਤ ਸੋਹਣਾ। ਆ ਹੁਣੇ ਹੁਣੇ ਧੁੱਪ ਜੀ ਨਿਕਲੀ, ਅਦਰਵਾਈਜ਼ ਤਾਂ ਬੱਦਲ ਦੇ। ਹੁਣ ਆਈ ਧੁੱਪ। ਆ ਗਏ ਜੀ ਮੰਕੀ ਪੁਆਇੰਟ, ਸਨਸੈਟ ਪੁਆਇੰਟ। ਆਹੋ ਚੜ੍ਹਾਈ ਔਖੀ ਹੈ ਨਾ, ਉਤਰਨ ਲੱਗਿਆ ਤਾਂ ਪਤਾ ਨਹੀਂ ਲੱਗਦਾ। ਮੌਸਮ ਵੀ ਹੁਣ ਧੁੱਪ ਜੀ ਚੜ੍ਹ ਗਈ ਹੈ, ਵੇਖੋ ਸਾਲਾ ਇਹੀ ਸੂਰਜ ਡੁੱਬਣਾ ਸੀ ਸਨਸੈਟ ਪੁਆਇੰਟ 'ਚ। ਪਹਾੜੀ ਪੁੱਟਾ ਹਾਂ ਦੇਖੀ ਆ ਗਿਆ ਅੰਕਲ ਜੀ, ਨਹੀਂ ਫਿਰ ਦੇਖਦੇ ਆ ਕੁਛ। ਸਮਾਨ ਲੱਕੜ ਦਾ ਬਣਾਇਆ ਹੋਇਆ ਇੱਥੇ। ਹਾਂਜੀ ਹਾਂਜੀ ਠੀਕ ਹੈ। ਤੁਸੀਂ ਸ਼ਾਇਦ ਜਲੰਧਰ ਦੇ ਸੀਗੇ ਨਾ, ਅੰਮ੍ਰਿਤਸਰ ਦੇ? ਹਾਂਜੀ 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 ਅਸੀਂ ਤਾਂ ਪੈਸੇ ਵਾਸਤੇ ਥੋੜ੍ਹਾ ਬੈਠੇ ਸੀ, ਟਾਈਮ ਪਾਸ ਕਰਨ। ਸਹੀ ਸਹੀ, ਚੰਗੀ ਤਰ੍ਹਾਂ ਆਉਣ, ਚੰਗੀ ਤਰ੍ਹਾਂ ਖੁਸ਼ ਹੋ ਕੇ। ਹਾਂਜੀ 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 ਅਤੇ ਬਸ ਉਹ ਫਿਰ ਉਹ ਬੰਦੇ ਆ ਰਹੇ ਨੇ, ਅੱਜ ਹੀ ਸਵੇਰੇ ਉਹਨਾਂ ਨੇ ਫੋਨ ਕੀਤਾ। ਜਿੱਥੇ ਤੱਕ ਮੈਨੂੰ ਯਾਦ ਹੈ ਸ਼ਾਇਦ ਬੱਚੇ ਵੀ ਤੁਹਾਡੇ ਬਾਹਰ ਗਏ ਸੀਗੇ ਜਾਂ। ਹਾਂ ਠੀਕ ਹੈ ਜੀ ਠੀਕ ਹੈ। ਉਹ ਬੜਾ ਟੇਸਟੀ ਸੀ ਖਾਣਾ ਉਦੋਂ, ਫਿਰ ਅਸੀਂ ਉਹੀ ਸੇਮ ਬੰਦੇ ਆ ਰਹੇ ਨੇ। ਚਲੋ ਨੈਕਸਟ ਟਾਈਮ ਸਹੀ। ਅੱਛਾ ਸ਼ੋਪ ਦਾ ਮੈਂ ਇੱਥੇ ਰੈਸਟੋਰੈਂਟ ਦਾ ਦੇਖ ਲੈਂਦਾ ਨਾਮ, ਗ੍ਰਿਲ ਔਨ ਦੀ ਹਿੱਲ ਹੈ, ਖਾਣਾ ਬਹੁਤ ਟੇਸਟੀ ਹੁੰਦਾ ਇੱਥੇ। ਮਾਰਕੀਟ ਪੁਰਾਣੀ ਬੜੀ ਸੋਹਣੀ ਮਾਰਕੀਟ ਹੈ। ਆਹ ਵੇਖੋ ਇੱਧਰੋਂ ਸਮਾਨ, ਹੁਣ ਤਾਂ ਇਸ ਵਾਰ ਤਾਂ ਕੁਛ ਲੈਣਾ ਨਹੀਂ, ਅਸੀਂ ਪਿਛਲੀ ਵਾਰ ਇੱਥੋਂ ਸ਼ੋਪ ਕਰਕੇ ਗਏ ਸਾਂ ਕਿਉਂਕਿ ਨਵੇਂ ਨਵੇਂ ਆਏ ਸਾਂ ਵਿਆਹ ਤੋਂ ਬਾਅਦ, ਫਸਟ ਟਾਈਮ ਵਾਈਫ ਨਾਲ ਦੇ, ਉਦੋਂ ਫਿਰ ਥੋੜ੍ਹੀ ਬਹੁਤ ਸ਼ੋਪਿੰਗ ਕੀਤੀ ਸੀ। ਇਹ ਕਹਾਂ ਕੀ ਕਢਾਈ ਹੈ, ਕਹਾਂ ਸੇ ਸੂਟ ਆਏ ਹੈ? ਕਸ਼ਮੀਰ ਸੇ? ਕਸ਼ਮੀਰੀ ਫਿਰ ਤਾਂ ਬਹੁਤ ਮਹਿੰਗੇ ਲਗਾਓਗੇ। ਕਿਤਨੇ ਕਾ ਹੈ, ਹਾਊ ਮੱਚ? 1000 ਕਾ? ਕਸ਼ਮੀਰੀ ਸੂਟ ਹੈ, ਆਤੇ ਟਾਈਮ ਲੈ ਕੇ ਜਾਏਂਗੇ ਫਿਰ। ਆਪ ਕਸ਼ਮੀਰ ਸੇ ਹੋ? ਓਕੇ 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 ਓਕੇ, ਆਤੇ ਟਾਈਮ ਲੈ ਕੇ ਜਾਏਂਗੇ ਕੋਈ।
ਇੱਥੇ ਰੁਕਦਾ ਹੁੰਦਾ ਸਾਂ ਮੈਂ ਜਿੰਨੀ ਵਾਰ ਵੀ ਆਇਆ। ਇਹ ਜਿਹੜੇ ਬੈਠੇ ਹੋਏ ਨੇ ਕੈਬ 'ਚ ਜਾਣਦੇ ਹਮੇਸ਼ਾ ਮਾਰਕੀਟ ਜਿਹੜੀ ਹੈ ਨਾ, ਮਾਰਕੀਟ ਦੇ ਸਾਹਮਣੇ ਮੈਂ ਰੂਮ ਲੈ ਲੈਂਦਾ ਹੁੰਦਾ ਸੀ, ਜਿੱਥੇ ਇੱਕ ਵਾਰ ਬਰਥਡੇ ਸੈਲੀਬ੍ਰੇਟ ਕੀਤਾ ਸੀ ਕੈਫੇ। ਮਾਰਕੀਟ ਐਂਡ ਹੁੰਦੀ ਹੈ, ਫਿਰ ਇਸ ਤੋਂ ਅੱਗੇ ਫਿਰ ਉਹ ਮੈਡੀਟੇਸ਼ਨ ਪੁਆਇੰਟ ਅੱਗੇ। ਇਹ ਸਮਝ ਨਹੀਂ ਆਉਂਦੀ, ਜਦੋਂ ਵੀ ਕੈਮਰਾ ਔਨ ਕਰਦਾ ਕੋਈ ਨਾ ਕੋਈ ਟੀਮ ਵਜਾਉਂਦੀ ਵਜਾਉਂਦਾ। BSNL ਦਾ ਪੁਰਾਣਾ ਦਫ਼ਤਰ ਕਸੌਲੀ, ਅੱਗੇ ਮੈਡੀਟੇਸ਼ਨ ਪੁਆਇੰਟ। ਆਹੋ ਅੱਗੇ ਵਾਪਸ ਆਏ ਤੇ ਦੇਖਣ, ਇਹ ਥੱਲੇ ਰਾਹ ਜਾਂਦਾ ਵੈਸੇ ਕਾਫੀ ਅੱਗੇ, ਪਰ ਖਾਸ ਚੀਜ਼ਾਂ ਹੈ ਨਹੀਂ, ਪਹਾੜੀਆਂ ਪਹੁੜੀਆਂ ਜੀ ਨੇ ਬਸ। ਆ ਉੱਪਰ ਹੈਗਾ ਮੈਡੀਟੇਸ਼ਨ ਪੁਆਇੰਟ, ਤੁਹਾਨੂੰ ਦਿਖਾਉਂਦੇ ਹਾਂ। ਔਰ ਆ ਪੁਰਾਣਾ ਬਈ, ਬਹੁਤ ਪੁਰਾਣਾ ਹੈ ਨਾ, ਹੋਣਾ ਕਿ ਦਸਤਾਵੇਜ਼ ਟਾਈਪ ਲਿਖਣੇ ਕੇ ਮੁੱਲ, ਕੋਈ ਸਰਕਾਰੀ ਆਫਿਸ ਹੀ ਹੈ ਤਹਿਸੀਲ। ਆਹੋ ਮੈਡੀਟੇਸ਼ਨ ਪੁਆਇੰਟ ਦਾ ਰਸਤਾ, ਨਾ ਰਿਵਰ ਨਹੀਂ ਇਹ, ਵੈਸੇ ਹੀ ਵੈਲੀ ਜੀ ਇਹ, ਥੱਲੇ ਘਰ ਘੁਰ ਨੇ, ਹੋਰ ਕੁਛ ਨਹੀਂ। ਅਤੇ ਜਾਣ ਮੈਂ ਵੀ ਗਿਆ ਸਾਂ, ਅੱਗੇ ਤੁਰ ਕੇ ਕੋਈ ਫਾਇਦਾ ਹੀ ਨਹੀਂ ਮਿਲਿਆ, ਘਾਟੀ ਜੀ ਇਹ, ਅੱਗੇ ਫਿਰ ਘਰ ਨੇ ਪੁਰਾਣੇ। ਲੋਕ ਤੁਰਦੇ ਆਉਣ ਡੇ ਨੇ ਸਕੂਲ ਸਕਾਲ, ਹਾਏ ਹਾਏ ਕਿਆ ਬਾਤ, ਬੱਦਲ ਹੀ ਬੱਦਲ ਉੱਡਦਾ ਪਿਆ ਹੈ, ਕਾਸ਼ ਉੱਚਾ ਜੇ। ਮੈਡੀਟੇਸ਼ਨ ਪੁਆਇੰਟ, ਬੱਚਿਆਂ ਦੇ ਝੂਲੇ ਬਹੁਤ ਸੋਹਣੇ ਨੇ, ਅਤੇ ਉਸ ਤੋਂ ਅੱਗੇ ਜੋ ਰਾਤ ਹੋ ਜਾਂਦੀ ਹੈ ਅਤੇ ਚੰਡੀਗੜ੍ਹ ਦਾ ਵਿਊ ਬਹੁਤ ਸੋਹਣਾ ਦਿਖਦਾ, ਈਵਨ ਸੁਖਨਾ ਲੇਕ ਤੱਕ ਦਿਖਦੀ ਨਹੀਂ, ਪਰ ਅੱਜ ਨਾ ਥੋੜ੍ਹੀ ਬੱਦਲਵਾਈ ਜੀ ਹੈ। ਚੀਲ ਦੇ ਪੇੜ ਲੱਗੇ ਨੇ ਫਰੂਟ ਜੇ, ਇਹਦਾ ਇੱਕ ਵਾਰ ਮੈਂ ਲੈ ਗਿਆ ਹਾਂ ਘਰ, ਇੱਥੇ ਡਿੱਗਿਆ ਹੋਣਾ, ਚਾਰ ਕੁ ਸਾਲ ਰੱਖਿਆ, ਬਾਅਦ 'ਚੋਂ ਸਿਆਣਿਆਂ ਨੇ ਦੱਸਿਆ ਵੀ ਇਹ ਨੈਸ਼ ਹੁੰਦਾ ਜੀ। ਮੈਂ ਦੇਖਾਂ ਕਿ 4 ਸਾਲ ਹੋਇਆ ਕੀ ਹੈ ਮੇਰੇ ਨਾਲ, ਆ ਰਿਹਾ ਐਸ਼ੀ ਘਰ। ਆਹ ਸੀ ਇਹਦਾ ਜਿਹੜਾ ਮੈਂ ਲੈ ਗਿਆ ਸਾਂ ਘਰ, ਇੱਥੋਂ ਚੰਡੀਗੜ੍ਹ ਸਾਰਾ ਦਿਖਦਾ ਏ। ਅੱਜ ਤਾਂ ਮੌਸਮ ਇਹੋ ਜਿਹਾ, ਜੇ ਰਾਤ ਹੁੰਦੀ ਹੈ ਤਾਂ ਇੱਦਾਂ ਲੱਗਦਾ ਜਿਵੇਂ ਕਿੰਨੇ ਹੀ ਆਪਣਾ ਨਾ ਲਾਈਟਾਂ, ਕਿੰਨੇ ਹੀ ਆਪਣਾ ਉਹ ਰੋਡ ਵੀ ਦਿਖਦੇ ਨੇ, ਈਵਨ ਤੋਂ ਗੱਡੀਆਂ ਚੱਲਦੀਆਂ, ਔਰ ਲੇਕ ਦਿਖਦੀ ਹੈ, ਬਹੁਤ ਸੋਹਣਾ ਵਿਊ ਦਿਖਦਾ। ਹੁਣ ਤਾਂ ਬੱਦਲਵਾਈ ਜੀ ਹੋਣ ਕਰਕੇ, ਥੋੜ੍ਹਾ ਮੌਸਮ ਕਰਕੇ ਵਿਊ ਜਿਹੜੇ ਨਹੀਂ ਦਿਖਦੇ, ਉਧਰੋਂ ਚੰਡੀਗੜ੍ਹੋਂ ਇਹ ਦਿਖਦਾ ਕਾਫੀ ਦੂਰੋਂ ਪਹਾੜੀ ਜੀ, ਅਤੇ ਉਹ ਟਾਵਰ ਜਿਹੜਾ ਸੀ ਦੂਰਦਰਸ਼ਨ ਦਾ ਨਾ, ਕਸੌਲੀ ਕਰਾਫਟ। ਪਹਿਲਾਂ ਵੀ ਆਏ ਸੀ ਲਾਸਟ ਟਾਈਮ ਇੱਥੇ, ਬਹੁਤ ਸੋਹਣਾ ਇਹਨਾਂ ਦੇ ਕੋਲ ਸਮਾਨ ਹੁੰਦਾ। ਆ ਗਏ ਹਾਂ ਜੀ ਵਾਪਸ ਕਸੌਲੀ ਛੱਡ ਕੇ, ਵੇਖ ਕੇ ਨਜ਼ਾਰੇ ਤੁਹਾਨੂੰ ਦਿਖਾਉਂਦੇ ਹਾਂ। ਹੁਣ ਰਾਹ ਦੇ ਵਿੱਚ ਰੁਕੇ ਹਾਂ, ਫਾਈਨਲ ਨਜ਼ਾਰੇ